ਸਾਰੇ ਸੁਣਨ ਵਾਲੇ ਦੋਸਤਾਂ ਨੂੰ ਸਾਧਕ ਭੱਟੀ ਦਾ ਮੁਹੱਬਤਾਂ ਭਰਿਆ ਸਲਾਮ। ਦਾਸਤਾਨ ਸੋਹਣੀ ਤੇ ਮਹੀ ਵਾਲ ਦੀ ਪੇਸ਼ ਕੀਤੀ ਜਾ ਰਹੀ ਹੈ। ਮੇਰੇ ਕਾਫੀ ਦੋਸਤਾਂ ਬਜ਼ੁਰਗਾਂ ਸਾਹਿਬਾਨਾਂ ਫਰਮਾਇਸ਼ ਕੀਤੀ, ਭੱਟੀ ਸਾਹਿਬ ਤੁਸਾਂ ਕਾਫੀ ਦਾਸਤਾਨਾਂ ਗਾਈਆਂ ਨੇ, ਸਾਨੂੰ ਸੋਹਣੀ ਤੇ ਮਹੀ ਵਾਲ ਦੀ ਦਾਸਤਾਨ ਸੁਣਾਈ ਜਾਏ। ਜਨਾਬ ਦੀ ਖਿਦਮਤ ਵਿੱਚ ਗਾ ਕੇ ਸੁਣਾ ਰਿਹਾ ਸਾਧਕ ਭੱਟੀ ਬਾਗ ਮੋੜ ਵਾਲਾ ਤੇ ਰਿਕਾਰਡ ਕਰ ਰਹੇ ਨੇ ਲਾਲਾ ਜੀ ਗੁਲਸ਼ਨ ਸਟੂਡੀਓ ਸ਼ੇਖਪੁਰੇ ਵਾਲੇ। ਲਓ ਜੀ, ਸ਼ਹਿਰ ਗੁਜਰਾਤ ਦਾ ਵਾਕਿਆ। ਉੱਥੇ ਇੱਕ ਤੁੱਲਾ ਘੁਮਿਆਰ ਰਹਿੰਦਾ ਸੀ, ਉਹਨੂੰ ਅੱਲਾਹ ਤਾਲਾ ਨੇ ਬੇਟੀ ਦਿੱਤੀ, ਉਹਦਾ ਨਾਂ ਉਹਨਾਂ ਸੋਹਣੀ ਰੱਖਿਆ। ਜਿਸ ਵੇਲੇ ਸੋਹਣੀ ਜਵਾਨ ਹੋਈ, ਇੱਕ ਦਿਨ ਸਹੇਲੀਆਂ ਦੇ ਨਾਲ ਦਰਿਆ ਦੇ ਪਾਣੀ ਭਰਨ ਜਾਂਦੀ ਏ। ਅੱਗੇ ਬੱਗੂ ਉਹਦੇ ਮਾਮੇ ਦਾ ਪੁੱਤਰ ਉਹਦਾ ਰਾਹ ਰੋਕ ਲੈਂਦਾ ਏ। ਮਾਨੀ ਬੱਗੂ ਮੇਰਾ ਰਾਹ ਨਾ ਰੋਕਿਆ ਕਰ। ਉਹਨਾਂ ਕਿਉਂ? ਉਹਨਾਂ ਤੂੰ ਵੀ ਘੁਮਿਆਰੀ ਤੇ ਮਮੀ ਘੁਮਿਆਰ ਆ, ਤੇਰੇ ਵਾਸਤੇ ਕੋਈ ਬਾਹਰੋਂ ਸ਼ਹਿਜ਼ਾਦਾ ਤੇ ਨਹੀਂ ਆਉਣਾ। ਸੋਹਣੀ ਨੇ ਕਿਹਾ, ਮੇਰੇ ਵਾਸਤੇ ਸ਼ਹਿਜ਼ਾਦਾ ਹੀ ਆਉਣਾ ਹੈ। ਇੰਨੀਆਂ ਗੱਲਾਂ ਹੋ ਰਹੀਆਂ ਨੇ, ਸੋਹਣੀ ਆ ਕੇ ਆਪਣੀ ਮਾਂ ਨੂੰ ਦੱਸਿਆ, ਮਾਂ ਜੀ ਇਹ ਬੱਗੂ ਨੂੰ ਸਮਝਾ ਲਓ, ਮੈਂ ਜਿੱਧਰ ਜਾਂਦੀ ਹਾਂ ਮੇਰਾ ਰਾਹ ਬੜਾ ਡੱਕਦਾ। ਉਹਦੀ ਮਾਂ ਨੇ ਬੱਗੂ ਨੂੰ ਕਿਹਾ, ਬੱਗੂ ਕਿਉਂ ਮੇਰੀ ਧੀ ਨੂੰ ਤੰਗ ਕਰਨਾ? ਉਹਨਾਂ ਮਾਮੀ ਮੈਂ ਕੁਝ ਵੀ ਨਹੀਂ ਇਹਨੂੰ ਆਉਂਦਾ। ਆ ਇੰਨੀਆਂ ਗੱਲਾਂ ਹੋ ਰਹੀਆਂ ਨੇ। ਉਧਰੋਂ ਬਲਖ ਬਹਾਰੇ ਦਾ ਵਾਕਿਆ ਹੈ। ਮਿਰਜ਼ੇ ਅਲੀ ਬੇਗ ਦਾ ਪੁੱਤਰ ਆਪਣੇ ਬਾਪ ਨੂੰ ਕੀ ਆਂਦਾ ਹੈ ਪਿਆ? ਮਿਰਜ਼ਾ ਇੱਜ਼ਤ ਬੇਗ ਆਪਣੇ ਬਾਪ ਨੂੰ ਪੁੱਛਦਾ, ਅੱਬਾ ਜੀ ਮੈਂ ਕੋਈ ਸੈਰ ਕਰਨਾ ਚਾਹੁੰਦਾ ਵਾਂ। ਮਿਰਜ਼ੇ ਅਲੀ ਬੇਗ ਨੇ ਆਪਣੇ ਪੁੱਤਰ ਨੂੰ ਇਜਾਜ਼ਤ ਦਿੱਤੀ, ਨਾਲ ਕਾਫਲਾ ਵੀ ਦਿੱਤਾ, ਜੋ ਮੇਰੇ ਪੁੱਤਰ ਦੇ ਨਾਲ ਜਾਓ। ਮਿਰਜ਼ਾ ਇੱਜ਼ਤ ਬੇਗ ਉਧਰੋਂ ਤੁਰ ਪੈਂਦਾ ਹੈ ਕਾਫਲਾ ਲੈ ਕੇ। ਆ ਕੇ ਚਨਾਹ ਦਰਿਆ ਦੇ ਉੱਤੇ ਡੇਰਾ ਲਾ ਲਿਆ। ਉਧਰੋਂ ਸੋਹਣੀ ਘੁਮਿਆਰੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਜਾ ਰਹੀ ਹੈ ਦਰਿਆ ਤੇ ਪਾਣੀ ਲੈਣ ਵਾਸਤੇ। ਅੱਜ ਸਿਰ ਦਰਿਆ ਦੇ ਜਾਂਦੀਆਂ ਨੇ, ਸਹੇਲੀਆਂ ਸੋਹਣੀ ਨੂੰ ਆਉਂਦੀਆਂ ਨੇ, ਸੋਹਣੀਏ ਆਜ ਨਹਾਈਏ। ਸੋਹਣਾ ਜੀ ਨਾ ਪੈਰਾਂ, ਮੈਂ ਤੇ ਨੀ ਨਹਾਉਣਾ, ਇੱਥੇ ਸ਼ੂਗਰ ਤੋਂ ਬੜਾ ਡਰ ਹੁੰਦਾ, ਇੱਥੇ ਦਰਿਆ ਹੀ ਬੜਾ ਚੜਿਆ। ਇੰਨੀਆਂ ਗੱਲਾਂ ਹੋ ਰਹੀਆਂ ਨੇ ਤੇ ਨਾਲ ਦੀਆਂ ਕੁੜੀਆਂ ਜਿਹੜੀਆਂ ਨੇ ਪਾਣੀ ਭਰਨ ਲੱਗ ਪੈਂਦੀਆਂ ਨੇ। ਸੋਹਣੀ ਨੇ ਵੀ ਘੜਾ ਆਪਣਾ ਡੋਬਿਆ ਤੇ ਸੋਹਣੀ ਦਾ ਦੁਪੱਟਾ ਲੈ ਕੇ ਘੜੇ ਦੇ ਉੱਤੇ ਜਾ ਪੈਂਦਾ ਹੈ ਤੇ ਸੋਹਣੀ ਡਰ ਜਾਂਦੀ ਏ ਤੇ ਘੜਾ ਹੱਥ ਵਿੱਚੋਂ ਛੁੱਟ ਜਾਂਦਾ ਹੈ। ਉਹ ਬਿੰਦਿਆਂ ਬਿੰਦਿਆਂ ਘੜਾ ਅੱਧ ਵਿੱਚ ਪਹੁੰਚ ਜਾਂਦਾ ਹੈ। ਉਧਰੋਂ ਸੋਹਣੀ ਵਾਪਸ ਘਰ ਨੂੰ ਆ ਜਾਂਦੀ ਏ। ਉਹਦੀ ਮਾਂ ਨੇ ਪੁੱਛਿਆ, ਧੀਏ ਤੇਰੇ ਸਿਰ ਤੇ ਅੱਜ ਦੁਪੱਟਾ ਕੋਈ ਨਹੀਂ? ਆਖਿਆ, ਮਾਂ ਜੀ ਦੁਪੱਟਾ ਵੀ ਤੇ ਘੜਾ ਵੀ ਦਰਿਆ ਦੀ ਨਜ਼ਰ ਹੋ ਗਏ ਨੇ, ਉਹ ਰੁੜ ਗਏ ਨੇ। ਉਹਦੀ ਮਾਂ ਨੇ ਕਿਹਾ, ਮੇਰੀ ਇੱਕੋ ਇੱਕ ਧੀ ਏ, ਇਹ ਬਦ ਸ਼ੁਗਨੀ ਹੋਈ ਏ। ਇੰਨੀਆਂ ਗੱਲਾਂ ਹੋ ਰਹੀਆਂ ਨੇ। ਮਿਰਜ਼ਾ ਇੱਜ਼ਤ ਬੇਗ ਦਿਨ ਚੜ ਪੈਂਦਾ ਤੇ ਸੁਬਾ ਸੁਬਾ ਦਰਿਆ ਦੀ ਸੈਰ ਕਰਦਾ ਪਿਆ। ਉਹਦੀ ਝਾਤੀ ਪਈ ਦਰਿਆ ਦੇ ਵੱਲ, ਉਹਨੇ ਆਖਿਆ, ਆਹ ਕੋਈ ਸ਼ਹਿਰ ਰੁੜ ਕੇ ਲੱਗੀ ਆਉਂਦੀ ਏ। ਉਹਨੇ ਗੁਲਾਮ ਨੂੰ ਆਵਾਜ਼ ਮਾਰੀ, ਆਖਿਆ, ਗੁਲਾਮ ਆਓ ਵੇਖਾਂ ਕੀ ਸ਼ਹਿਰ ਲੱਗੀ ਹੁੰਦੀ ਏ। ਗੁਲਾਮ ਨੇ ਆਖਿਆ, ਇੱਕ ਘੜਾ ਲਗਾ ਹੁੰਦਾ ਹੈ, ਉਹਦੇ ਉੱਤੇ ਇੱਕ ਦੁਪੱਟਾ ਲਗਾ ਹੁੰਦਾ ਹੈ, ਉਹ ਘੜਾ ਜਿਸ ਕੋਲ ਆਇਆ। ਗੁਲਾਮ ਨੇ ਘੜਾ ਤੇ ਦੁਪੱਟਾ ਕੱਢ ਕੇ ਲੈ ਆਉਂਦਾ ਹੈ, ਜਿਸ ਆਪਣੇ ਕੈਂਪ ਦੇ ਵਿੱਚ ਬਹਿ ਗਏ ਨੇ, ਵੇਖਣ ਲੱਗ ਪਏ। ਆਂਦੇ ਨੇ, ਘੜਾ ਬੜਾ ਖੂਬਸੂਰਤ ਏ ਤੇ ਦੁਪੱਟਾ ਵੀ ਬੜਾ ਖੂਬਸੂਰਤ ਏ। ਇੰਨੀਆਂ ਗੱਲਾਂ ਹੋ ਰਹੀਆਂ ਨੇ। ਮਿਰਜ਼ਾ ਇੱਜ਼ਤ ਬੇਗ ਕਹਿ ਰਿਹਾ ਗੁਲਾਮ ਨੂੰ, ਮੇਰਾ ਮੱਠਾ ਮੱਠਾ ਸਿਰ ਪਿਆ ਪੀੜ ਹੁੰਦਾ ਏ, ਕਿਸੇ ਸ਼ਹਿ ਨਾਲ ਮੇਰਾ ਸਿਰ ਬੰਨ ਦਿਓ। ਗੁਲਾਮ ਨੇ ਉਸੇ ਦੁਪੱਟੇ ਨਾਲ ਉਹਦਾ ਸਿਰ ਬੰਨ ਦਿੱਤਾ ਹੈ, ਜਿਸੇ ਸਿਰ ਬੰਨ ਦਿੱਤਾ ਹੈ।
ਮਿਰਜ਼ੇ ਇੱਜ਼ਤ ਬੇਗ ਨੂੰ ਉੱਥੇ ਖਾਬ ਆ ਰਹੀ ਏ। ਖਾਬ ਦੇ ਵਿੱਚ ਕੀ ਵੇਖਿਆ, ਇੱਕ ਮਟਿਆਰ ਦਰਿਆ ਦੇ ਉੱਤੇ ਲਗੀ ਫਿਰਦੀ ਏ, ਖੁੱਲੇ ਉਹਦੇ ਵਾਲ ਨੇ ਤੇ ਵਾਜਾ ਮਾਰਦੀ ਫਿਰਦੀ ਏ। ਮਿਰਜ਼ੇ ਇੱਜ਼ਤ ਬੇਗ ਨੇ ਹੱਥ ਵਧਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਏ, ਉੱਥੇ ਉਹਦੀ ਜਾਗ ਉਗੜ ਜਾਂਦੀ ਏ ਤੇ ਗੁਲਾਮ ਉਹਨੂੰ ਵੇਂਦਾ ਪਿਆ ਸੀ। ਗੁਲਾਮ ਨੇ ਆਖਿਆ, ਮੇਰੇ ਆਕਾ ਤੁਹਾਨੂੰ ਕੀ ਹੋਇਆ, ਕਿਹੜਾ ਡਰ ਗਿਆ ਜੀ? ਇੱਜ਼ਤ ਬੇਗ ਕਹਿਣ ਲੱਗਾ, ਮੈਨੂੰ ਖਾਬ ਆਈ ਏ। ਗੁਲਾਮ ਨੇ ਪੁੱਛਿਆ, ਕਿਸ ਤਰ੍ਹਾਂ ਦੀ ਖਾਬ ਆਈ ਏ? ਆਖਿਆ, ਮੈਨੂੰ ਡਰਾਉਣੀ ਖਾਬ ਆਈ ਏ, ਡਰਾਉਣੀ ਵੀ ਤੇ ਖੂਬਸੂਰਤ ਵੀ। ਇਸ ਬੇਗ ਨੇ ਕਿਹਾ, ਇੰਜ ਕਰੋ, ਇਹ ਜਿੱਧਰੋਂ ਪਾਣੀ ਆਇਆ ਇੱਧਰ ਦਾ ਸਫ਼ਰ ਕਰ ਲਈਏ। ਇੰਨੀਆਂ ਗੱਲਾਂ ਹੋ ਰਹੀਆਂ ਨੇ, ਉੱਧਰੋਂ ਇੱਕ ਬਾਬਾ ਕਿੰਗ ਵਜਾਉਂਦਾ ਵਜਾਉਂਦਾ ਕੋਲ ਆ ਗਿਆ। ਗੁਲਾਮ ਨੇ ਕਿਹਾ, ਬਾਬਾ ਜੀ ਤੁਸੀਂ ਕੌਣ ਲੋਕ ਹੋ? ਉਹ ਬਾਬੇ ਨੇ ਕਿਹਾ, ਅਸੀਂ ਫਕੀਰ ਲੋਕ ਹੁੰਦੇ ਹਾਂ। ਉਹਨੇ ਕਿਹਾ, ਬਾਬਾ ਜੀ ਜੇ ਤੁਸੀਂ ਫਕੀਰ ਲੋਕ ਹੁੰਦੇ ਹੋ, ਸਾਡੇ ਸ਼ਹਿਜ਼ਾਦੇ ਦੀ ਕੋਈ ਤਬੀਅਤ ਖਰਾਬ ਏ, ਇਹਨੂੰ ਕਿੰਜ ਦਾ ਸ਼ੇਰ ਸੁਣਾਓ ਕਿ ਇਹਦੀ ਜਿਹੜੀ ਤਬੀਅਤ ਖੁਸ਼ ਹੋ ਜਾਵੇ। ਆ ਗੁਲਾਮ ਨੇ ਕਿਹਾ, ਇਹ ਮੇਰਾ ਸੁਦਾਗਰ ਏ। ਉਹ ਬਾਬੇ ਨੇ ਪੁੱਛਿਆ, ਉਹ ਬੱਚਾ ਤੇਰਾ ਨਾਂ ਕੀ ਏ? ਆਖਿਆ, ਬਾਬਾ ਜੀ ਮੇਰਾ ਨਾਂ ਇੱਜ਼ਤ ਬੇਗ ਏ। ਉਹ ਮਲੰਗ ਨੇ ਕਿਹਾ, ਉਹ ਜੇ ਤੂੰ ਇੱਜ਼ਤ ਬੇਗ ਏ, ਤੂੰ ਆ ਕੇ ਚਨਾਰੇ ਦਰਿਆ ਦੇ ਬੈਠਾ ਹੈ। ਇੱਜ਼ਤ ਬੇਗ ਨੇ ਸੋਚਿਆ, ਬਾਬਾ ਜੀ ਤੁਹਾਨੂੰ ਮੇਰੇ ਹਾਲ ਦਾ ਕਿਵੇਂ ਪਤਾ ਏ, ਤੁਸਾਂ ਤੇ ਮੈਨੂੰ ਪਰੇਸ਼ਾਨ ਕਰ ਦਿੱਤਾ ਹੈ। ਅਰੇ ਬਾਬਾ ਉੱਤੇ ਇਸ ਬੇਗ ਨੂੰ ਕਿਹੜਾ ਸ਼ੇਰ ਸੁਣਾਉਂਦਾ ਹੈ? ਤਖਤਾਂ ਵਾਲੇ ਆਸ਼ਕਾ ਬਦਬਖਤਾ ਤੱਕੇ ਖਾਲੀ ਤੂੰ ਤਿਆਰ ਹੋ ਜਾ, ਉੱਚੀ ਬਲਖ ਬਹਾਰ ਦੇ ਸ਼ਹਿਜ਼ਾਦਿਆਂ ਓਏ, ਸ਼ਹਿਜ਼ਾਦਿਆਂ ਓਏ, ਕੂੜਾ ਹੁੰਝਣੇ ਲਈ ਤੂੰ ਤਿਆਰ ਹੋ ਜਾ। ਹੁਕਮਰਾਨ ਸ਼ਹਿਜ਼ਾਦਿਆਂ ਕਾਦਰਾਂ ਨੂੰ, ਹਾਏ ਕਾਦਰਾਂ ਨੂੰ ਰੰਗ ਲਾਉਣ ਲਈ ਤੂੰ ਤਿਆਰ ਹੋ ਜਾ। ਅਜ਼ਮਤ ਵਾਂਗਰ ਖੱਟੀਆਂ ਰੋੜਨੇ ਨੂੰ, ਹਾਏ ਰੋੜਨੇ ਨੂੰ ਸਿਰੋਂ ਜਾਣ ਲਈ ਤੂੰ ਤਿਆਰ ਹੋ ਜਾ। ਮਿਰਜ਼ਾ ਇੱਜ਼ਤ ਬੇਗ ਇੰਨੀ ਬਾਬੇ ਦੀ ਗੱਲ ਸੁਣ ਲੈਂਦਾ ਹੈ, ਉਹਦੇ ਪੈਰਾਂ ਵਿੱਚ ਜਾ ਪੈਂਦਾ ਹੈ। ਤਾਂ ਬਾਬਾ ਜੀ ਮੈਨੂੰ ਸਾਰੀ ਗੱਲ ਦੱਸੋ, ਅੱਗੇ ਕੀ ਹੋਣਾ ਹੈ ਤੇ ਬਾਬਾ ਜੀ ਉਹਨੂੰ ਕੀ ਆਉਂਦੇ ਪਏ ਨੇ? ਉਹਨੂੰ ਧੋਣਾ ਸੀਵਣਾ ਜਿਵੇਂ ਸਿੱਖਿਆ, ਉਹਨੂੰ ਧੋਣਾ ਸੀਵਣਾ ਜਿਵੇਂ ਸਿੱਖਿਆ, ਤੈਨੂੰ ਪਾਡਿਆਂ ਦੀ ਸਿੱਖਣੀ ਕਾਰ ਪੈਣੀ। ਇੱਕ ਸਾਜ ਲਿਆ ਤੂੰ ਅੰਬਰ ਬਾਜੂ, ਹਾਏ ਅੰਬਰ ਬਾਜੂ ਨਾਲ ਸੱਥਵਿਆਂ ਦੇ ਤੈਨੂੰ ਮਾਰ ਪੈਣੀ। ਇਸ਼ਕ ਮੁਸ਼ਕ ਕਦੀ ਨਾ ਰਹਿਣ ਗੁੱਜੇ, ਹਾਏ ਰਹਿਣ ਗੁੱਜੇ, ਉੜਕ ਵਿੱਚ ਗੁਜਰਾਤ ਦੇ ਪੁਕਾਰ ਪੈਣੀ। ਅਜ਼ਮਤ ਵਾਂਗਰ ਕੱਢਣਗੇ ਬਾਰ ਤੈਨੂੰ, ਹਾਏ ਬਾਰ ਤੈਨੂੰ, ਖੁੱਲੀ ਅਨੰਤ ਚਨਾ ਤੋਂ ਪਾਰ ਪੈਣੀ। ਬਾਬਾ ਫਕੀਰ ਲੋਕ ਇੰਨੀ ਗੱਲ ਕਰਕੇ ਤੁਰ ਜਾਂਦਾ ਹੈ। ਮਿਰਜ਼ੇ ਇੱਜ਼ਤ ਬੇਗ ਨੇ ਆਪਣੇ ਕਾਫਲੇ ਨੂੰ ਕਿਹਾ ਹੈ,
ਜਿੱਧਰੋਂ ਪਾਣੀ ਆਇਆ ਇੱਧਰ ਦਾ ਸਫ਼ਰ ਕਰ ਲਓ। ਕਾਫਲੇ ਨੇ ਉੱਥੋਂ ਸਫ਼ਰ ਕੀਤਾ ਹੈ, ਦਰਿਆ ਦੇ ਚੜ੍ਹਦੇ ਪਾਸੇ ਆ ਕੇ ਡੇਰਾ ਲਾ ਲਿਆ ਏ। ਆ ਦਿਨ ਚੜਿਆ ਮਿਰਜ਼ਾ ਇੱਜ਼ਤ ਬੇਗ ਨੇ ਆਪਣੇ ਗੁਲਾਮ ਨੂੰ ਕੱਲਿਆ, ਉਹਨਾਂ ਜਾ ਸ਼ਹਿਰ ਗਿਰਰਾਤ ਦੇ ਵਿੱਚ ਜਾ, ਇੱਥੇ ਜਾ ਕੇ ਵੇਖ ਇੱਥੇ ਕਿਹੋ ਜਿਹੇ ਲੋਕ ਰਹਿੰਦੇ ਨੇ, ਜੇ ਕੋਈ ਸ਼ੈ ਚੰਗੀ ਲੱਗੀ ਤੇ ਉਹ ਵੀ ਖਰੀਦ ਲਿਆਵੀ। ਆ ਗੁਲਾਮ ਤੁਰ ਜਾਂਦਾ ਸ਼ਹਿਰ ਦੇ ਵਿੱਚ, ਲਗਾ ਫਿਰਦਾ ਵਹਿੰਦਾ ਫਿਰਦਾ ਦੁਕਾਨਾਂ ਤੇ। ਇੱਕ ਦੁਕਾਨ ਤੇ ਉਹਨੂੰ ਘੜੇ ਨਜ਼ਰ ਆਏ, ਗੁਲਾਮ ਨੇ ਸੋਚਿਆ ਉਹ ਜਿਹੜਾ ਘੜਾ ਅਸਾਂ ਫੜਿਆ ਸੀ, ਮੈਨੂੰ ਸ਼ੱਕ ਪੈਂਦਾ ਉਹ ਐਸ ਦੁਕਾਨ ਦਾ ਏ। ਗੁਲਾਮ ਬਾਬੇ ਤੁਲੇ ਕੋਲ ਤੁਰ ਜਾਂਦਾ, ਆਂਦਾ ਬਾਬਾ ਜੀ ਸਾਨੂੰ ਦੋ ਚਾਰ ਭਾਂਡੇ ਚਾਹੀਦੇ ਨੇ। ਉਹਨੇ ਆਖਿਆ ਪੁੱਤਰਾ ਜਿੰਨੇ ਮਰਜ਼ੀ ਨਹੀਂ ਲੈ ਜਾ। ਉਹਨੇ ਉੱਥੋਂ ਕੋਈ ਦੌਰੀ ਖਰੀਦੀ, ਕੋਈ ਕਨਾਲੀ ਖਰੀਦੀ, ਕੋਈ ਗਲਾਸ ਮਿੱਟੀ ਦੇ ਖਰੀਦੇ। ਇੰਨੀਆਂ ਗੱਲਾਂ ਹੋ ਰਹੀਆਂ ਨੇ, ਉਧਰੋਂ ਸੋਨੀ ਵੀ ਆ ਜਾਂਦੀ ਏ। ਗੁਲਾਮ ਦੀ ਨਜ਼ਰ ਪੈ ਗਈ, ਆਂਦਾ ਐਸ ਮੁਟਿਆਰ ਨੇ ਇਹ ਜਿਹੜਾ ਸੂਟ ਪਾਇਆ ਏ, ਇਹਦੇ ਨਾਲ ਦਾ ਦੁਪੱਟਾ ਸਾਡੇ ਕੋਲ ਏ, ਤੇ ਘੜੇ ਵੀ ਜਿਹੜੇ ਆ ਪਏ ਨੇ, ਇਹਨਾਂ ਘੜਿਆਂ ਦੇ ਵਿੱਚੋਂ ਘੜਾ ਵੀ ਸਾਡੇ ਕੋਲ ਏ ਜਿਹੜਾ ਅਸਾਂ ਫੜਿਆ ਏ। ਗੁਲਾਮ ਨੂੰ ਮਲੂਮ ਹੋ ਗਿਆ ਅਸਾਂ ਤੇ ਦਿੱਲੀ ਜਾਣਾ ਸੀ, ਐਸ ਮੁਟਿਆਰ ਨੇ ਸ਼ਹਿਜ਼ਾਦੇ ਦਾ ਅੱਗੇ ਜਾਣਾ ਰੋਕ ਲਿਆ ਏ। ਗੁਲਾਮ ਉੱਥੋਂ ਫਟਾਫਟ ਆ ਜਾਂਦਾ ਏ, ਆ ਕੇ ਚਨਾਹ ਪਾਰ ਕੀਤਾ ਤੇ ਇੱਜ਼ਤ ਬੇਗ ਨੂੰ ਉੱਥੋਂ ਦਾ ਹਾਲ ਸੁਣਾਉਂਦਾ ਏ। ਸਾਦਿਕ ਪੱਟੀ ਦੱਸਦਾ ਏ ਉਹ ਕਿਸਰਾ ਸੁਣਾਉਂਦਾ ਏ। ਸਾਹਿਬਾ ਇੱਕ ਮਹਿਬੂਬ ਮੈਂ ਵੇਖ ਆਇਆ, ਆਏ ਵੇਖ ਆਇਆ, ਐਸਾ ਵੇਖਣੇ ਵਿੱਚ ਨਹੀਂ ਆਮਦਾਈ। ਬਾਜ਼ੀ ਧੀ ਤੁਲੇ ਕਮਿਆਰ ਦੀਏ, ਕਮਿਆਰ ਦੀਏ, ਜਿਹਨੂੰ ਚੰਨ ਉਹ ਵੇਖ ਸ਼ਰਮਾਮਦਾਈ। ਤੀਰ ਤੇ ਨੈਣ ਤੂੰ ਮਾਣਿਓ ਦੇ, ਤੂੰ ਮਾਣਿਓ ਦੇ, ਮੱਥੇ ਨਾਗ ਕਾਲਾ ਵਲ ਪਾਮਦਾਈ। ਛੇਤੀ ਚੱਲ ਮੈਂ ਤੈਨੂੰ ਵਿਖਾ ਜਾ ਕੇ, ਵਿਖਾ ਜਾ ਕੇ, ਜਿਹੜਾ ਜ਼ੁਲਫਾਂ ਦੇ ਨਾਗ ਲੜਾਮਦਾਈ। ਗੁਲਾਮ ਨੇ ਇੰਨੀ ਗੱਲ ਸੁਣਾਈ ਏ, ਮਿਰਜ਼ਾ ਇੱਜ਼ਤ ਬੇਗ ਕੋਏ ਤੇ ਬਹਿ ਜਾਂਦਾ, ਜਿਸਲੇ ਬਹਿ ਜਾਂਦਾ ਤੇ ਥਾਂ ਖੋਤਰਨ ਲੱਗ ਪੈਂਦਾ। ਗੁਲਾਮ ਨੇ ਕਿਹਾ ਆਕਾ ਜੀ ਕੀ ਗੱਲ ਬਣੀ, ਤੁਸੀਂ ਤੇ ਗੱਲ ਸੁਣਦਿਆਂ ਪਰੇਸ਼ਾਨ ਹੀ ਹੋ ਗਏ ਹੋ। ਤੇ ਮਿਰਜ਼ਾ ਇੱਜ਼ਤ ਬੇਗ ਆਪਣੇ ਗੁਲਾਮ ਨੂੰ ਕੀ ਆਂਦਾ ਪਿਆ, ਗੱਲ ਸੁਣਦਿਆਂ ਪਕੜ ਗਈ ਦਿਲ ਨੂੰ, ਗਈ ਦਿਲ ਨੂੰ, ਗੱਲ ਸੁਣਦਿਆਂ ਪਕੜ ਗਈ ਦਿਲ ਨੂੰ, ਹਾਏ ਗਈ ਦਿਲ ਨੂੰ, ਬਿਨਾ ਵੇਖਿਆ ਹਾਲ ਬਜਾਮਦਾਈ। ਛੇਤੀ ਚੱਲ ਮਹਿਬੂਬ ਬੁਖਾਲ ਮੈਨੂੰ, ਬੁਖਾਲ ਮੈਨੂੰ, ਜਿਹੜਾ ਜ਼ੁਲਫਾਂ ਦੇ ਨਾਗ ਲੜਾਮਦਾਈ। ਦਿਨ ਚੜਿਆ ਸ਼ਹਿਜ਼ਾਦੇ ਨੇ ਆਬਲਕ ਬਹਾਰੇ ਦੀ ਪੁਸ਼ਾਕ ਗੱਲ ਪਾਈ ਏ,
ਤੇ ਲੱਕ ਦੇ ਨਾਲੋਂ ਹੀ ਦੁਪੱਟਾ ਬੰਨ ਲਿਆ ਏ ਤੇ ਸ਼ਹਿਰ ਗੁਜਰਾਤ ਦੇ ਵਿੱਚ ਜਾ ਬੜੇ ਨੇ ਲੋਕ ਵਹਿੰਦੇ ਨੇ ਆਂਦੇ ਨੇ ਕਿਵੇਂ ਦਾ ਬੰਦਾ ਹੈ ਸ਼ੈਲ ਬਾਸ ਨੇ ਪਾਇਆ ਬਲਖ ਬਹਾਰੇ ਦਾ ਤੇ ਤੁਰਿਆ ਬਾਜ਼ਾਰਾਂ ਵਿੱਚ ਫਿਰਦਾ ਇੰਨੀਆਂ ਗੱਲਾਂ ਹੋ ਰਹੀਆਂ ਨੇ ਇੰਨੇ ਚਿਰ ਵਿੱਚੋਂ ਬਾਬੇ ਤੁਲੇ ਖਮਿਆਰ ਦੀ ਦੁਕਾਨ ਤੇ ਤੁਰ ਜਾਂਦੇ ਨੇ ਲੋਕਾਂ ਵੇਖਿਆ ਉਹਨਾਂ ਕਿਵੇਂ ਦਾ ਸ਼ਹਿਜ਼ਾਦਾ ਏ ਬਲਖ ਬਹਾਰੇ ਦੇ ਨੇ ਸੂਟ ਪਾਇਆ ਤੇ ਖੜਾ ਕਿੱਥੇ ਵੇ ਖਮਿਆਰਾਂ ਦੀ ਦੁਕਾਨ ਤੇ ਕੱਚੇ ਭਾਂਡੇ ਖਰੀਦਦਾ ਫਿਰਦਾ ਗੁਲਾਮ ਨੇ ਬਾਬੇ ਤੁਲੇ ਨੂੰ ਕਿਹਾ ਬਾਬਾ ਜੀ ਇਹ ਮੇਰਾ ਸੌਦਾਗਰ ਏ ਇਹ ਜੋ ਸ਼ੈ ਮੰਗਦਾ ਇਹਨੂੰ ਦਿਓ ਬਾਬੇ ਤੁਲੇ ਨੇ ਕਿਹਾ ਕਿਉਂ ਵੀ ਤੂੰ ਸੌਦਾਗਰ ਏ ਆਖਾ ਬਾਬਾ ਜੀ ਮੈਂ ਸੌਦਾਗਰ ਹਾਂ ਬਲਖ ਬਹਾਰੇ ਦਾ ਇੰਨੀਆਂ ਗੱਲਾਂ ਹੋ ਰਹੀਆਂ ਨੇ ਆ ਸੋਹਣੀ ਰੋਟੀ ਲੈ ਕੇ ਆ ਜਾਂਦੀ ਏ ਆਖਿਆ ਲਾਲਾ ਤੂੰ ਰੋਟੀ ਖਾ ਤੇ ਮੈਂ ਮੱਝਾਂ ਨੂੰ ਪਾਣੀ ਪਿਆ ਕੇ ਤੇ ਆਉਂਦੀ ਹਾਂ ਬਾਬੇ ਤੁਲੇ ਨੇ ਆਖਿਆ ਪੁੱਤਰ ਏ ਸੌਦਾਗਰ ਕੋਈ ਆਏ ਨੇ ਇਹਨਾਂ ਬੜਾ ਚੋਖਾ ਸੌਦਾ ਖਰੀਦਣਾ ਏ ਮੈਂ ਅੱਗੇ ਨਾਲੋਂ ਵਡੇਰਾ ਹੋ ਗਿਆ ਮੈਂ ਮੱਝਾਂ ਨੂੰ ਪਾਣੀ ਪਿਆ ਕੇ ਲਿਆਉਂਦਾ ਵਾਂ ਤੂੰ ਪੁੱਤਰ ਜਵਾਨ ਏ ਤੂੰ ਸਾਰੇ ਸਾਫ ਤਾਪ ਕਰ ਲੈਂਗੀ ਬਾਬਾ ਤੁਲਾ ਮੱਝਾਂ ਨੂੰ ਪਾਣੀ ਪਿਆਉਣ ਤੁਰ ਜਾਂਦਾ ਤੇ ਸੋਹਣੀ ਅੱਗੇ ਅੱਗੇ ਤੁਰੀ ਆਉਂਦੀ ਏ ਪਿੱਛੇ ਪਿੱਛੇ ਇਸ ਦੇ ਆ ਰਿਹਾ ਜਿਸੇ ਦੁਕਾਨ ਦੇ ਵਿੱਚ ਅੱਧ ਦੇ ਵਿੱਚ ਆ ਜਾਂਦੇ ਨੇ ਸੋਹਣੀ ਆਉਂਦੀ ਏ ਇਹ ਜਿੰਨੇ ਭਾਂਡੇ ਬਣਾਏ ਨੇ ਇਹਨਾਂ ਉੱਤੇ ਫੁੱਲ ਮੈਂ ਆਪਣੇ ਇਹਨਾਂ ਹੱਥਾਂ ਨਾਲ ਪਾਏ ਨੇ ਮਾਂ ਮੇਰੀ ਮਿੱਟੀ ਗੁੰਦੀ ਏ ਤੇ ਪਿਓ ਮੇਰਾ ਬਣਾਉਂਦਾ ਹੈ ਇਹ ਫੁੱਲ ਸਾਰੇ ਮੈਂ ਪਾਏ ਨੇ ਹੱਥਾਂ ਨਾਲ ਮਿਰਜ਼ਾ ਇੱਜ਼ਤ ਬੇਗ ਉੱਥੇ ਸੋਹਣੀ ਨਾਲ ਇੱਕ ਗੱਲ ਕਰਦਾ ਕਿਹੜੀ ਕਰਦਾ ਪਿਆ ਹੱਸ ਹੱਸ ਕੇ ਦੇਖਾਂ ਦੀਦਾਰ ਸੋਹਣੀਏ ਦੀਦਾਰ ਸੋਹਣੀਏ ਭਾਵੇਂ ਰੱਖ ਨਾ ਰੱਖ ਤੂੰ ਯਾਰੀਆਂ ਦੀ ਅੱਖੀਂ ਸ਼ਰਬਤੀ ਦੇ ਵਿੱਚ ਲਾਲ ਦੋਰੇ ਹੈ ਲਾਲ ਦੋਰੇ ਮੈਨੂੰ ਲੱਗੀਆਂ ਬਹੁਤ ਪਿਆਰੀਆਂ ਨੀ ਮੈਨੂੰ ਦੱਸ ਦੇ ਚੰਨ ਤੋਂ ਸੋਹਣੀਏ ਨੀ ਹੈ ਸੋਹਣੀਏ ਨੀ ਕਿਹੜੇ ਹਰਨ ਤੋਂ ਲਈਆਂ ਹੁਦਾਰੀਆਂ ਨੀ ਇੰਨੀਆਂ ਗੱਲਾਂ ਹੋ ਰਹੀਆਂ ਨੇ ਉਧਰੋਂ ਬਾਬਾ ਤੁਲਾ ਵੀ ਆ ਜਾਂਦਾ ਹੈ ਆ ਮਿਰਜ਼ੇ ਇਤਬੇਗ ਨੇ ਸਾਰੀ ਦੁਕਾਨ ਖਰੀਦ ਲਈ ਆਦੇ ਕੁਝ ਪੈਸੇ ਬਾਬੇ ਤੁਲੇ ਨੇ ਦੇ ਦਿੱਤੇ ਤੇ ਕੁਝ ਕਹਿਣ ਲੱਗਾ ਬਾਬਾ ਜੀ ਇਹ ਮਾਲ ਵਿਕ ਜਾਏਗਾ ਤੇ ਬਕਾਇਆ ਤੁਹਾਨੂੰ ਫਿਰ ਮਿਲ ਜਾਏਗਾ ਜਿਸੇ ਸਾਰੇ ਭਾਂਡੇ ਲੈ ਜਾਂਦਾ ਹੈ ਉੱਥੇ ਉਹਨੇ ਵੇਚਣੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਪਤਾ ਲੱਗਾ ਦਰਿਆ ਤੇ ਇੱਕ ਸੌਦਾਗਰ ਆਇਆ ਉਹ ਭਾਂਡੇ ਬੜੇ ਸਸਤੇ ਵੇਚਦਾ ਪਿਆ ਸਾਰਾ ਸ਼ਹਿਰ ਉਲਟ ਕੇ ਪੈ ਗਿਆ ਜਿਹੜਾ ਦਸਾਂ ਦਾ ਭਾਂਡਾ ਸੀ ਉਹ ਪੰਜਾਂ ਦਾ ਵੇਚਿਆ ਤੇ ਜਿਹੜਾ ਪੰਜਾਂ ਦਾ ਸੀ ਉਹ ਰੁਪਈਏ ਦਾ ਵੇਚਿਆ ਉਹਦੇ ਸੱਜਣਾ ਬੇਲੀਆਂ ਨੇ ਸੋਚਿਆ ਇਹ ਸਾਰਾ ਮਾਲ ਵੇਚ ਬੈਠਾ ਹੈ ਇਹਨੇ ਤੇ ਸਾਰਾ ਮਾਲ ਘਾਟੇ ਵਿੱਚ ਵੇਚ ਦਿੱਤਾ ਹੈ ਤੇ ਇੰਜ ਕਰੀਏ ਇਹ ਜਿਹੜਾ ਰਾਤ ਨੂੰ ਸੌ ਜਾਏ ਨਾ ਤੇ ਆਪਾਂ ਨੱਸ ਜਾਈਏ ਉਹਨੇ ਐਵੇਂ ਕੀਤਾ ਮਿਰਜ਼ਾ ਇੱਜ਼ਤ ਬੇਗ ਸੌ ਜਾਂਦਾ ਹੈ ਉਹਦੇ ਸੱਜਣ ਬੇਲੀ ਸਾਰੇ ਛੱਡ ਕੇ ਨੱਸ ਗਏ ਆ ਦਿਨ ਚੜਿਆ ਉਹਨੇ ਵੇਖਿਆ ਕੋਈ ਯਾਰ ਨਜ਼ਰ ਨਹੀਂ ਆਇਆ ਤੇ ਸਿਆਣੇ ਸਿਆਣੇ ਬੰਦਿਆਂ ਨੇ ਬਾਬੇ ਤੁਲੇ ਨਾਲ ਬਹਿ ਕੇ ਗੱਲ ਕੀਤੀ ਉਹਨਾਂ ਆਖਿਆ ਉਹ ਜਿਹੜਾ ਸੌਦਾਗਰ ਆਇਆ ਬਾਬਾ ਜੀ ਉਹ ਤੁਹਾਡਾ ਗਿਰਜਾਈ ਹੋ ਗਿਆ ਹੁਣ ਇੰਜ ਕਰੋ ਉਹਨੂੰ ਨੌਕਰ ਰੱਖ ਲਓ ਆ ਬਾਬੇ ਤੁਲੇ ਨੇ ਉਹਨੂੰ ਪੁੱਛਿਆ ਉਹ ਕਿਉਂ ਵੀ ਪੁੱਤਰ ਤੂੰ ਸਾਡੀ ਨੌਕਰੀ ਕਰੇਗਾ ਆਖਿਆ ਹਜ਼ਾਰ ਬਿਸਮਿਲਾ ਸੌ ਬਿਸਮਿਲਾ ਕਰੋੜ ਬਿਸਮਿਲਾ ਆ ਬਾਬਾ ਤੁਲਾ ਉਹਦੇ ਕੋਲੋਂ ਨੌਕਰੀ ਕਰਾਉਂਦਾ ਤੇ ਕਿਸ ਤਰ੍ਹਾਂ ਕਰਾਉਂਦਾ ਬਲਖ ਬਹਾਰੇ ਦਾ ਸ਼ਹਿਜ਼ਾਦਾ ਸੀ
ਉਹਨੇ ਕਦੀ ਹੱਥਾਂ ਨਾਲ ਫੁੱਲ ਨਹੀਂ ਸੀ ਤੋੜਿਆ ਤੇ ਸਾਰੇ ਪੱਟੀ ਦੱਸਦਾ ਤੇ ਲਾਲਾ ਜੀ ਰਿਕਾਰਡ ਕਰਦੇ ਨੇ ਅੱਜ ਉਹਨੂੰ ਕੀ ਕਰਨਾ ਪਿਆ। ਚਾੜੂ ਟੋਕਰੀ ਪਕੜ ਕੇ ਬਿਸਮਿਲਾ ਹਾਏ ਬਿਸਮਿਲਾ ਕੂੜੇ ਹੁੰਜ ਦਾ ਨਿੱਤ ਬਾਜ਼ਾਰ ਵਿੱਚੋਂ ਫੁੱਲਾਂ ਵਾਂਗਰ ਸਮਝਦਾ ਟੋਕਰੀ ਨੂੰ ਹਾਏ ਟੋਕਰੀ ਨੂੰ ਜਿਵੇਂ ਆਸ਼ਕ ਫਿਰ ਦਤਦਾਰ ਵਿੱਚੋਂ ਅੰਦਰ ਯਾਰ ਦੀ ਯਾਦ ਤੇ ਚੁੱਪ ਮੂੰਹੋਂ ਹੈ ਚੁੱਪ ਮੂੰਹੋਂ ਸਿਰ ਚੁੱਕੇ ਨਾ ਕਾਰੋਬਾਰ ਵਿੱਚੋਂ ਗੱਲਾਂ ਉਸ ਵੇਲੇ ਉਹਨੂੰ ਯਾਦ ਆਈਆਂ ਹੈ ਯਾਦ ਆਈਆਂ ਜਦੋਂ ਨਿਕਲਿਆ ਸੀ ਬਲਖ ਬੁਹਾਰ ਵਿੱਚੋਂ ਇੱਕ ਦਿਨ ਸੋਹਣੀ ਤੇ ਮਹੀਵਾਲ ਦਰਿਆ ਦੇ ਕੰਢੇ ਤੇ ਬੈਠੇ ਨੇ। ਬੱਗੂ ਨੇ ਜਾ ਕੇ ਵੇਖਿਆ ਉਹਨੂੰ ਬੜਾ ਗੁੱਸਾ ਲੱਗਾ। ਆ ਕਹਿੰਦਾ ਮਾਮੀ ਜਾ ਕੇ ਵੇਖ ਲੈ ਸੋਹਣੀ ਤੇ ਮਹੀਵਾਲ ਗੱਲਾਂ ਕਰਦੇ ਪਏ ਨੇ। ਸੋਹਣੀ ਤੇ ਮਹੀਵਾਲ ਚਨਾਹ ਦੇ ਕੰਢੇ ਤੇ ਬਹਿ ਕੇ ਗੱਲਾਂ ਕਰਦੇ ਪਏ ਨੇ। ਮਾਮੀ ਉੱਥੋਂ ਗੁੱਸੇ ਨਾਲ ਟੁਰ ਪਈ ਏ ਤੇ ਬੱਗੂ ਆਪਣੇ ਸੱਜਣਾ ਬੇਲੀਆਂ ਨੂੰ ਨਾਲ ਤਿਆਰ ਕਰ ਲਿਆ। ਉੱਥੇ ਮਾਰ ਮਾਰ ਕੇ ਮਿਰਜ਼ੇ ਬੇਗ ਨੂੰ ਦਮੋਇਆ ਕਰਕੇ ਸੱਥ ਆਏ ਨੇ। ਸ਼ਾਮ ਹੋਈ ਏ ਉਹਨੂੰ ਹੋਸ਼ ਆਈ। ਉਹਨੇ ਆਖਿਆ ਉਹਨਾਂ ਚਿਕਰ ਮੈਂ ਆਪਣੇ ਕੈਂਪ ਵਿੱਚ ਨਹੀਂ ਜਾਵਾਂਗਾ ਜਿੰਨਾ ਚਿਕਰ ਮੈਂ ਆਪਣੇ ਸੱਜਣਾ ਦਾ ਦੀਦਾਰ ਨਾ ਕਰਾਂਗਾ। ਉਹ ਲਗੜਾਉਂਦਾ ਲਗੜਾਉਂਦਾ ਆਪਣੇ ਫੱਟ ਟੋਂਦਾ ਟੋਂਦਾ ਆਣ ਬਾਬੇ ਤੁਲੇ ਦਾ ਭੂਆ ਖੜਕਾਇਆ। ਉਹਨਾਂ ਆਖਿਆ ਵੀ ਜਵਾਨਾ ਕਿੱਧਰ ਹੈ। ਆਖਿਆ ਬਾਬਾ ਜੀ ਮੈਂ ਬੇਕਸੂਰ ਆ ਮੈਂ ਤੇ ਕੋਈ ਗੁਨਾਮ ਹੀ ਨਹੀਂ ਕੀਤਾ। ਬਾਬੇ ਤੁਲੇ ਨੇ ਆਖਿਆ ਤੇਰਾ ਗੁਨਾਹ ਨਹੀਂ ਇਹ ਸਾਡਾ ਗੁਨਾਹ ਏ ਜਿੰਨਾ ਤੈਨੂੰ ਨੌਕਰ ਰੱਖ ਲਿਆ ਸੀ। ਬਾਬੇ ਤੁਲੇ ਨੇ ਵਾਲਾਂ ਤੋਂ ਫੜ ਕੇ ਉਹਦੇ ਸੀਨੇ ਵਿੱਚ ਲੱਤ ਮਾਰ ਕੇ ਤੈਨੂੰ ਕੰਢ ਪਰਨੇ ਸੱਥ ਦਿੱਤਾ ਏ। ਅੱਗੇ ਮਾਰ ਘਮਿਆਰਾਂ ਨੇ ਕੱਢ ਦਿੱਤਾ ਹਾਏ ਕੱਢ ਦਿੱਤਾ ਮਈ ਵਾਲ ਟੁਰਿਆ ਜ਼ਾਰੋ ਜ਼ਾਰ ਰੋਂਦਾ। ਪਿਛਲੀ ਪੈਰੀ ਅਦਬ ਦੇ ਨਾਲ ਚੱਲੇ ਹੈ ਨਾਲ ਚੱਲੇ ਸੋਹਣੇ ਯਾਰ ਦਾ ਵੇਖ ਦਰਬਾਰ ਰੋਂਦਾ। ਖਲਾਇਆਣ ਵਿਚੋਕੜੇ ਉਹ ਸੱਜਣਾ ਦੇ ਸੱਜਣਾ ਦੇ ਜੱਫਾ ਮਾਰ ਕੇ ਨਾਲ ਦੁਆਰ ਰੋਂਦਾ। ਗੱਲਾਂ ਉਸ ਵੇਲੇ ਉਹਨੂੰ ਯਾਦ ਆਈਆਂ ਹੈ ਯਾਦ ਆਈਆਂ ਯਾਦ ਕਰਕੇ ਬਲਖ ਬੁਹਾਰ ਰੋਂਦਾ। ਗੱਲਾਂ ਉਸ ਵੇਲੇ ਉਹਨੂੰ ਯਾਦ ਆਈਆਂ ਯਾਦ ਆਈਆਂ ਯਾਦ ਕਰਕੇ ਬਲਖ ਬੁਹਾਰ ਰੋਂਦਾ। ਹੈਲੋ ਜੀ ਬਾਬੇ ਤੁਲੇ ਨੇ ਮਹੀਵਾਲ ਨੂੰ ਧੱਕੇ ਮਾਰ ਕੇ ਕੱਢ ਦਿੱਤਾ। ਇਸ ਅੱਗੇ ਕੀ ਹੁੰਦਾ ਹੈ ਉਹ ਜਨਾਬ ਨੂੰ ਅਗਲੇ ਹਿੱਸੇ ਵਿੱਚ ਸੁਣਾਇਆ ਜਾਏਗਾ। ਸਾਧਕ ਪੱਟੀ ਨੂੰ
ਤੇ ਲਾਲਾ ਜੀ ਨੂੰ ਗੁਲਸ਼ਨ ਸਟੂਡੀਓ ਦੀ ਤਰਫੋਂ, ਗੁਲਸ਼ਨ ਸਟੂਡੀਓ ਸ਼ੇਫਰੀ ਤਰਫੋਂ ਜਸ ਦਿਓ। ਰੱਬ ਰਾਖਾ, ਰੱਬ ਰਾਖਾ।